ਪੰਜਾਬ ਦੇ ਵਿੱਚ ਮਿਲਰਸ ਨੂੰ ਇੱਕ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਪ੍ਰੋਡਕਸ਼ਨ ਹੈ ਝੋਨੇ ਦੀ ਉਹ ਸਟੋਰ ਕੀਤੀ ਗਈ, ਤਾਂ ਦਿੱਕਤ ਆਈ ਕਿ ਇਸ ਦਾ ਹੱਲ ਕੀ ਕੀਤਾ ਜਾਵੇ ਕਿਉਂਕਿ ਅਗਲੀ ਵੀ ਪ੍ਰੋਡਕਸ਼ਨ ਆਉਣੀ ਹੈ। ਚੰਗੀ ਗੱਲ ਇਹ ਆ ਕਿ ਉਹਨਾਂ ਨੇ ਸਾਡੀ ਮੀਟਿੰਗ ਤੋਂ ਬਾਅਦ ਨੈਕਸਟ ਡੇ ਇੱਕ ਚਿੱਠੀ ਜਾਰੀ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਅਸੀਂ 23 ਲੱਖ ਮੀਟਰਿਕ ਟਨ ਜਿਹੜਾ ਚਾਵਲ ਹੈ ਉਹ ਖੁੱਲ੍ਹੀ ਮਾਰਕੀਟ ਦੇ ਵਿੱਚ ਅਸੀਂ ਵੇਚਾਂਗੇ। ਸਫੀਸ਼ੀਐਂਟ ਹੈ ਅਗਲੀ ਪ੍ਰੋਡਕਸ਼ਨ ਦੇ ਵਾਸਤੇ, ਅਗਲੀ ਪ੍ਰੋਕਿਓਰਮੈਂਟ ਤੱਕ ਇਹ ਸਫੀਸ਼ੀਐਂਟ ਆ, ਔਰ ਡਿਮਾਂਡ ਹੀ ਇੰਨੀ ਰੱਖੀ ਗਈ ਸੀ ਜਾਂ ਫਿਰ ਡਿਮਾਂਡ ਇਸ ਤੋਂ ਜ਼ਿਆਦਾ ਸੀ? ਜਿਹੜੀ ਸਪੇਸ ਸੀ ਹੁਣ ਕੋਈ ਪ੍ਰੋਬਲਮ ਰਹੂਗੀ ਨਹੀਂ ਪੰਜਾਬ ਦੇ ਅੰਦਰ, ਸੋ ਲਗਾਤਾਰ ਅਸੀਂ ਆਪਣੀ ਗੱਲਬਾਤ ਉਹਨਾਂ ਨਾਲ ਰੱਖਦੇ ਵੀ ਹਾਂ। ਇਹਨੇ ਫਿਊਚਰ ਵੀ ਜੇ ਕੋਈ ਹੋਏਗੀ ਤਾਂ ਫਿਰ ਵੀ ਅਸੀਂ ਰੱਖਾਂਗੇ। ਚਾਵਲ ਕਿਉਂਕਿ ਹੁਣ ਵਾਧੂ ਪੈਦਾ ਹੋ ਰਿਹਾ ਦੇਸ਼ ਦੇ ਅੰਦਰ, ਪੰਜਾਬ ਤੋਂ ਇਲਾਵਾ ਵੀ ਬਹੁਤ ਸਾਰੀਆਂ ਸਟੇਟਾਂ 'ਚ ਪੈਦਾ ਹੋ ਰਿਹਾ। ਇਹ ਵੀ ਇੱਕ ਸਵਾਲ ਹੈਗਾ, ਅਸੀਂ ਤਾਂ ਇੱਕ ਪ੍ਰੋਕਿਓਰਮੈਂਟ ਕਰਕੇ ਦੇਣੇ ਆ, ਨਹੀਂ ਅਸੀਂ ਇਹ ਵੀ ਇੱਕ ਇਸ਼ੂ ਹੈ। ਪੰਜਾਬ ਪ੍ਰੋਕਿਓਰਮੈਂਟ ਕਰਕੇ ਦਿੰਦਾ, ਇੰਤਜ਼ਾਮ ਇਹਦੇ ਕੇਂਦਰ ਸਰਕਾਰ ਨੇ ਕਰਨੇ ਆ। ਅਤੇ ਮੈਂ ਹਾਂ ਰਵੀ ਸੰਗਰਾਹੁਰਾ। ਪੰਜਾਬ ਦੇ ਵਿੱਚ ਮਿਲਰਸ ਨੂੰ ਇੱਕ ਵੱਡੀ ਦਿੱਕਤ ਆ ਰਹੀ ਸੀ ਕਿ ਜਿਹੜਾ ਪ੍ਰੋਡਕਸ਼ਨ ਹੈ ਝੋਨੇ ਦੀ ਉਹ ਸਟੋਰ ਕੀਤੀ ਗਈ, ਤਾਂ ਦਿੱਕਤ ਆਈ ਕਿ ਇਸ ਦਾ ਹੱਲ ਕੀ ਕੀਤਾ ਜਾਵੇ ਕਿਉਂਕਿ ਅਗਲੀ ਵੀ ਪ੍ਰੋਡਕਸ਼ਨ ਆਉਣੀ ਹੈ। ਔਰ ਪੰਜਾਬ ਸਰਕਾਰ ਦੇ ਕੋਲ ਪਹੁੰਚਦੇ ਨੇ ਲੀਡਰ ਉਹਨਾਂ ਦੇ ਜਥੇਬੰਦੀ ਦੇ, ਉਹ ਕਹਿੰਦੇ ਨੇ ਕਿ ਸਾਡੀ ਵੱਡੀ ਸਮੱਸਿਆ, ਅਸੀਂ ਇਸ ਨੂੰ ਕਿੱਧਰ ਨੂੰ ਲੈ ਕੇ ਜਾਈਏ ਕਿਉਂਕਿ ਪ੍ਰੋਡਕਸ਼ਨ ਅਗਲੀ ਵੀ ਆਉਣੀ ਆ। ਤਾਂ ਇਸ ਮਸਲੇ 'ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ, ਕੇਂਦਰ ਸਰਕਾਰ ਕੋਲ ਸੰਬੰਧਿਤ ਮਹਿਕਮੇ ਦੇ ਮੰਤਰੀ ਜਾਂਦੇ ਆ ਔਰ ਇਸ ਦੇ ਹੱਲ ਦੀ ਮੰਗ ਕਰਦੇ ਆ। 28 ਅਗਸਤ ਨੂੰ ਇਹ ਮੀਟਿੰਗ ਹੁੰਦੀ ਹੈ, 29 ਅਗਸਤ ਨੂੰ ਇਸ ਦਾ ਹੱਲ ਨਿਕਲ ਆਉਂਦਾ। ਉਹ ਹੱਲ ਕੀ ਨਿਕਲਿਆ ਮੇਰੇ ਨਾਲ ਮੰਤਰੀ ਸਾਹਿਬ ਨੇ, ਮੰਤਰੀ ਸਾਹਿਬ ਕੀ ਹੱਲ ਨਿਕਲਿਆ? ਕੇਂਦਰ ਸਰਕਾਰ ਤੁਹਾਡੀ ਹੂ ਬਹੂ ਜੋ ਮੰਗ ਸੀਗੀ ਪੰਜਾਬ ਦੇ ਖਾਤਰ ਉਸ ਨੂੰ ਮੰਨੀ ਹੈ? ਨਹੀਂ, ਲਾਜ਼ਮੀ ਮੰਗਾਂ ਤਾਂ ਕਈ ਵਾਰ ਮਤਲਬ ਮੰਨੀਆਂ ਜਾਂਦੀਆਂ, ਕਈ ਵਾਰੀ ਦੂਰੀਆਂ ਮੰਨੀਆਂ ਜਾਂਦੀਆਂ, ਕਈ ਵਾਰੀ ਉਹਦੇ ਤੇ ਟੇਬਲ ਟਾਕ ਹੁੰਦੀ ਆ, ਕਈ ਤਰ੍ਹਾਂ ਦੇ ਉਹਨਾਂ ਦੇ ਲਈ ਮਤਲਬ ਯਤਨ ਹਮੇਸ਼ਾ ਹੀ ਚੱਲਦੇ ਰਹਿੰਦੇ ਆ। ਪਰ ਇਸ ਵਾਰ ਪੰਜਾਬ ਦੇ ਅੰਦਰ ਜਿਹੜੇ ਕੁਝ ਸੈਕਸ਼ਨਸ ਵੱਲੋਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਕਿ ਪੈਡੀ ਦਾ ਸੀਜ਼ਨ ਸਿਰ ਤੇ ਹੈ ਔਰ ਸਾਡੇ ਕੋਲ ਸਪੇਸ ਨਹੀਂ ਹੈ, ਥਾਂ ਨਹੀਂ ਹੈ ਸਾਡੇ ਕੋਲ ਜਿੱਥੇ ਅਸੀਂ ਉਹਦੀ ਮਿਲਣ ਕਰਕੇ ਅਸੀਂ ਉਹਨੂੰ ਲਾਵਾਂਗੇ। ਸੋ ਇਹ ਵਾਜਬ ਸਵਾਲ ਸੀਗਾ, ਵਾਜਬ ਚਿੰਤਾ ਸੀਗੀ। ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਦੇ ਤਹਿਤ ਉਹਨਾਂ ਦੀ ਅਗਵਾਈ 'ਚ, ਵੈਸੇ ਤਾਂ ਸਾਡੇ ਤਮਾਮ ਆਫੀਸਰ ਸਾਹਿਬਾਨਾਂ ਨੇ ਪੱਤਰ ਵਿਹਾਰ ਵੀ ਕੀਤੇ, ਫਿਰ ਕੇਂਦਰੀ ਆਫੀਸਰ ਨਾਲ ਮੀਟਿੰਗਾਂ ਵੀ ਕੀਤੀਆਂ ਔਰ 28 ਅਗਸਤ ਨੂੰ ਮੈਂ ਵੀ ਸਾਡੇ ਸਤਿਕਾਰਯੋਗ ਜੂਨੀਅਰ ਮਿਨਿਸਟਰ ਨੂੰ ਮੈਂ ਵੀ ਮਿਲਿਆ, ਮਿਸਟਰ ਪ੍ਰਹਲਾਦ ਜੋਸ਼ੀ ਜੀ। ਔਰ ਪਹਿਲੀ ਨਜ਼ਰੇ ਤਾਂ ਮੈਂ ਇਹ ਗੱਲ ਕਹਾਂਗਾ ਵੀ ਮੀਟਿੰਗ ਬੜੇ ਸਾਰਥਕ ਮਾਹੌਲ 'ਚ ਹੋਈ, ਬੜੇ ਹੰਬਲ ਢੰਗ ਦੇ ਨਾਲ ਉਹਨਾਂ ਨੇ ਸਾਡੀ ਗੱਲਬਾਤ ਨੂੰ ਸੁਣਿਆ, ਸਮਝਿਆ ਔਰ ਦੋਵੇਂ ਸਾਡੀਆਂ ਗੱਲਾਂ ਨੂੰ ਉਹਨਾਂ ਨੇ ਐਗਜ਼ਾਮਨ ਕੀਤਾ। ਇੱਕ ਤਾਂ ਸਾਡੀ ਸੀਗੀ ਵੀ ਪੰਜਾਬ 'ਚ ਸਪੇਸ ਬਣਾਈ ਜਾਵੇ, ਤਾਂ ਉਹਦੇ ਲਈ ਅਸੀਂ ਵੀ ਕੁਝ ਸੁਝਾਅ ਦਿੱਤੇ, ਕੁਝ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਸੋ ਨਾਲ ਜਿਹੜਾ ਸਾਨੂੰ 1% ਜ਼ਿਆਦਾ ਵਿਆਜ ਪੰਜਾਬ ਦੇ SBI ਲਾਉਂਦੀ ਹੈ, ਇਹ ਵੀ ਅਸੀਂ ਸਵਾਲ ਉਹਨਾਂ ਦੇ ਅੱਗੇ ਰੱਖਿਆ ਵੀ ਇਹ ਪੰਜਾਬ ਨਾਲ ਬੇਇਨਸਾਫੀ ਹੈ, ਸਾਡੀ CCL 'ਚ ਗੈਪ ਪੈਂਦਾ ਇਸ ਨੂੰ। ਹਾਂ, ਸੋ ਮਤਲਬ ਇੱਕ ਤਾਂ ਸਵਾਲ ਸੀਗਾ।
ਸੋ ਅਸੀਂ ਫਿਰ ਉਹਨੂੰ ਕਿਹਾ ਵੀ ਤੁਸੀਂ ਜਿਹੜਾ ਸਪੇਸ ਹੈ ਜਿਹੜਾ ਸਾਡਾ ਇਸ ਵੇਲੇ ਕਰੰਟ ਇਸ਼ੂ ਬਣਿਆ ਹੋਇਆ ਇਹਦੇ ਉੱਤੇ ਸਾਡੀ ਕੋਈ ਮਤਲਬ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਸੋ ਚੰਗੀ ਗੱਲ ਇਹ ਹੈ ਕਿ ਉਹਨਾਂ ਨੇ ਸਾਡੀ ਮੀਟਿੰਗ ਤੋਂ ਬਾਅਦ ਨੈਕਸਟ ਡੇ ਇੱਕ ਚਿੱਠੀ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਅਸੀਂ 23 ਲੱਖ ਮੀਟਰਿਕ ਟਨ ਜਿਹੜਾ ਚਾਵਲ ਹੈ ਉਹ ਖੁੱਲ੍ਹੀ ਮਾਰਕੀਟ ਦੇ ਵਿੱਚ ਅਸੀਂ ਉਹਨੂੰ ਵੇਚਾਂਗੇ 2 ਲੱਖ ਮੀਟਰਿਕ ਟਨ ਜਿਹੜਾ ਆ ਉਹ ਮਲੇਸ਼ੀਆ ਨੂੰ ਐਕਸਪੋਰਟ ਕਰਾਂਗੇ ਅਸੀਂ ਸੋ ਇਹ 25 ਲੱਖ ਮੀਟਰਿਕ ਟਨ ਜਿਹੜਾ ਉਹ ਚੱਕੇ ਜਾਣ ਤੋਂ ਬਾਅਦ ਇਹ ਇੱਕ ਥਾਂ ਖਾਲੀ ਹੋਣੀ ਹੈ ਔਰ ਇਹੀ ਸਾਡੀ ਡਿਮਾਂਡ ਸੀਗੀ ਔਰ ਮੈਂ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਮਿਲਰਸ ਦਾ ਜਿਹੜਾ ਤੋਖਲਾ ਸੀਗਾ ਉਹਨਾਂ ਦੇ ਮਨ 'ਚ ਹੁਣ ਕਲੀਅਰ ਹੈ ਔਰ ਨਾ ਕੇਵਲ ਇਹ ਟੈਂਪਰੇਰੀ ਇਹ ਸਿਲਸਿਲਾ ਸਪੇਸ ਨੂੰ ਬਣਾਉਣ ਦਾ ਲਗਾਤਾਰ ਜਾਰੀ ਵੀ ਰਹੇਗਾ ਸਫੀਸ਼ੀਐਂਟ ਹੈ ਅਗਲੀ ਪ੍ਰੋਡਕਸ਼ਨ ਦੇ ਵਾਸਤੇ ਅਗਲੀ ਪ੍ਰੋਕਿਓਰਮੈਂਟ ਤੱਕ ਇਹ ਸਫੀਸ਼ੀਐਂਟ ਆ ਔਰ ਡਿਮਾਂਡ ਹੀ ਇੰਨੀ ਰੱਖੀ ਗਈ ਸੀ ਜਾਂ ਫਿਰ ਡਿਮਾਂਡ ਇਸ ਤੋਂ ਜ਼ਿਆਦਾ ਸੀ ਨਹੀਂ ਡਿਮਾਂਡ ਇਸ ਤੋਂ ਜ਼ਿਆਦਾ ਪਰ ਉਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਇਹ 1.5-2 ਮਹੀਨਿਆਂ ਦੇ ਦੌਰਾਨ ਇਸ ਪੀਰੀਅਡ 'ਚ ਇਹ ਨਹੀਂ ਚੱਕਣਗੇ ਸਾਡੀ ਮਿਲਿੰਗ ਵੀ ਜਾ ਕੇ ਦਸੰਬਰ 'ਚ ਸ਼ੁਰੂ ਹੁੰਦੀ ਹੈ ਦਸੰਬਰ 'ਚ ਸੋ ਇਸ ਕਰਕੇ ਉਸ ਤੋਂ ਬਾਅਦ ਹੋ ਸਕਦਾ ਦੂਜਾ ਗੇੜ ਸ਼ੁਰੂ ਹੋ ਜੇ ਜਿਹੜੀ ਸਪੇਸ ਹੀ ਹੁਣ ਕੋਈ ਪ੍ਰੋਬਲਮ ਰਹੂਗੀ ਨਹੀਂ ਪੰਜਾਬ ਦੇ ਅੰਦਰ ਸੋ ਲਗਾਤਾਰ ਅਸੀਂ ਆਪਣੀ ਗੱਲਬਾਤ ਉਹਨਾਂ ਨਾਲ ਰੱਖਦੇ ਵੀ ਹਾਂ ਇਹਨੇ ਫਿਊਚਰ ਵਿੱਚ ਜੇ ਕੋਈ ਹੋਏਗੀ ਤਾਂ ਫਿਰ ਵੈਸੇ ਰੱਖਾਂਗੇ ਮੈਨੂੰ ਸਹਿਮਤ ਹੋਇਆ ਇੰਨੇ ਨਾਲ ਮੈਂ ਇਸੇ ਕਰਕੇ ਪਹਿਲਾਂ ਵੀ ਪੁੱਛਿਆ ਕਿ ਇਹ ਸਫੀਸ਼ੀਐਂਟ ਹੈ ਫਿਰ ਇਸ ਤੇ ਮਤਲਬ ਜਿਹੜੀ ਡਿਮਾਂਡ ਸੀ ਐਕਚੁਅਲ ਦੇ ਵਿੱਚ ਤੁਹਾਡੀ ਡਿਮਾਂਡ ਜ਼ਿਆਦਾ ਸੀ ਮਿਲਰ ਦੀ ਹੋਰ ਵੀ ਜ਼ਿਆਦਾ ਹੋਊਗੀ ਉਸ ਨੂੰ ਜੋੜ ਤੋੜ ਕਰਕੇ ਤੁਸੀਂ ਆਪਣੇ ਵੱਲੋਂ ਜਿਹੜਾ ਹੈ ਡਿਮਾਂਡ ਲੈਟਰ ਲੈ ਕੇ ਗਏ ਹੋਊਗੇ ਸਫੀਸ਼ੀਐਂਟ ਆਉਣਾ ਨਹੀਂ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਇਹਦੀ ਇਹ ਸ਼ੁਰੂਆਤ ਹੈ 25 ਲੱਖ ਮੀਟਰਿਕ ਟਨ ਦੀ ਸ਼ੁਰੂਆਤ ਹੈ ਸੋ ਇਹ ਮਤਲਬ ਜਿਹੜਾ ਮੈਂ ਕਹਿ ਸਕਦਾ ਵੀ ਚਾਵਲ ਕਿਉਂਕਿ ਹੁਣ ਵਾਧੂ ਪੈਦਾ ਹੋ ਰਿਹਾ ਦੇਸ਼ ਦੇ ਅੰਦਰ ਪੰਜਾਬ ਤੋਂ ਇਲਾਵਾ ਵੀ ਬਹੁਤ ਸਾਰੀਆਂ ਸਟੇਟਾਂ 'ਚ ਪੈਦਾ ਹੋ ਰਿਹਾ ਇਹ ਵੀ ਇੱਕ ਸਵਾਲ ਹੈਗਾ ਅਸੀਂ ਤਾਂ ਇੱਕ ਪ੍ਰੋਕਿਓਰਮੈਂਟ ਕਰਕੇ ਦੇਣੇ ਆ ਨਹੀਂ ਅਸੀਂ ਅਸੀਂ ਇਹ ਵੀ ਇੱਕ ਇਸ਼ੂ ਹੈਗਾ ਇਹ ਵੀ ਇੱਕ ਕਾਰਨ ਜਦੋਂ ਤੁਹਾਡੇ ਕੋਲ ਸਰਪਲਸ ਪ੍ਰੋਡਕਸ਼ਨ ਹੈਗੀ ਆ ਤੇ ਫਿਰ ਉਹਦੇ ਬਦਲਵੇਂ ਪ੍ਰਬੰਧ ਚਾਹੀਦੇ ਤਾਂ ਕਰਨੇ ਕੇਂਦਰ ਸਰਕਾਰ ਨੇ ਪੰਜਾਬ ਤਾਂ ਇੱਕ ਪ੍ਰੋਕਿਓਰਮੈਂਟ ਕਰਕੇ ਦਿੰਦਾ ਪੰਜਾਬ ਪ੍ਰੋਕਿਓਰਮੈਂਟ ਕਰਕੇ ਦਿੰਦਾ ਇੰਤਜ਼ਾਮ ਇਹਦੇ ਕੇਂਦਰ ਸਰਕਾਰ ਨੇ ਕਰਨੇ ਆ ਸੋ ਮਿਲਰਸ ਦੀ ਜਿਹੜੀ ਲੜਾਈ ਆ ਜਾਂ ਜਿਹੜੀ ਉਹਨਾਂ ਦਾ ਮਤਲਬ ਸਵਾਲ ਹੈ ਉਹ ਕੇਂਦਰ ਨਾਲ ਜੁੜਿਆ ਸਾਡੀ ਡਿਊਟੀ ਹੈ ਅਸੀਂ ਆਪਣੀ ਡਿਊਟੀ ਨਿਭਾਈ ਹੈ ਤੇ ਅਗਾਂਹ ਵੀ ਨਿਭਾਵਾਂਗੇ ਮਿਲਰਸ ਆਪਣੇ ਲੋਕ ਨੇ ਆੜ੍ਹਤੀ ਆਪਣੇ ਲੋਕ ਨੇ ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਪ੍ਰੋਬਲਮ ਆਊਗੀ ਅਦਰਵਾਈਜ਼ ਅਸੀਂ ਕਦੀ ਹੋਵੇ ਫਿਰ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੈ ਸਪੇਸ ਘੱਟ ਹੈ ਇਹ ਸਮੱਸਿਆ ਪਹਿਲਾਂ ਵੀ ਰਹੀ ਹੈ ਕਿ ਇਹਦਾ ਹੱਲ ਕਰਨ ਵਾਸਤੇ ਵੀ ਗੱਲ ਛਿੜੀ ਹੈ ਕਿ ਹਰ ਸਾਲ ਜਾਂ 2 ਸਾਲ ਬਾਅਦ ਅਜਿਹੀ ਸਮੱਸਿਆ ਨਾ ਆਵੇ ਇਹ ਪਹਿਲਾਂ ਹੀ ਜਿਹੜੀ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਮੀਡੀਆ ਦੇ ਰਾਹੀਂ ਕਿ ਸਾਡੇ ਕੋਲ 1,91,000 ਜਿਹੜੀ ਹੈ ਪ੍ਰੋਡਕਸ਼ਨ ਹੁੰਦੀ ਹੈ ਔਰ 1,71,000 ਸਾਡੇ ਕੋਲ ਸਪੇਸ ਹੈ ਯਾਨੀ ਇੱਕ ਪਾੜਾ ਤਾਂ ਫਿਰ ਹੈ ਉਹਨੂੰ ਪੂਰਨ ਦੇ ਵਾਸਤੇ ਵੀ ਕੋਈ ਹੱਲ ਹੈ ਹਾਂ ਇੱਕ ਇਹ ਤਾਂ ਹੋਰ ਹੈ ਕਿ ਅਸੀਂ ਪੰਜਾਬ ਦੇ ਅੰਦਰ ਜਿਹੜੇ ਉਹ ਨਵੇਂ ਗਰੰਟੀ ਦੇ ਪੈਗ ਡੋਨ ਬਣਾ ਰਹੇ ਹਾਂ 10 ਲੱਖ ਮੀਟਰਿਕ ਟਨ ਉਹਨਾਂ 'ਚ ਵੀ ਆਜੂਗਾ ਤੋ ਉਹਦੀ ਪ੍ਰੋਸੈਸ ਬੜਾ ਤੇਜ਼ੀ ਨਾਲ ਚੱਲ ਰਿਹਾ ਸੋ ਮੈਨੂੰ ਲੱਗਦਾ ਵੀ ਉਹ ਵੀ ਸੀਜ਼ਨ ਦੇ ਨੇੜੇ ਤੇੜੇ ਉਹ ਵੀ ਪੈਗ ਡੋਨ ਪੰਜਾਬ 'ਚ ਬਣ ਜਾਣਗੇ ਸੋ 10 ਲੱਖ ਮੀਟਰਿਕ ਟਨ ਤੱਕ ਸਪੇਸ ਹੋਰ ਬਣ ਜਾਏਗਾ ਹਾਂ ਸੋ ਇਹ ਜਿਉਂ ਜਿਉਂ ਮਤਲਬ ਅਸੀਂ ਇਹਦੇ 'ਚ ਜਾਵਾਂਗੇ ਇਹ 'ਚ ਖੁੱਭਾਂਗੇ ਸਵਾਲ ਵੀ ਮਤਲਬ ਸਮਝਾਂਗੇ ਤੇ ਇੰਪਲੀਮੈਂਟ ਕਰਨ 'ਚ ਸਾਡੀ ਇੱਛਾ ਸ਼ਕਤੀ ਤਾਂ ਹੈ ਹੀ ਹੈ ਮਾਨਯੋਗ ਮੁੱਖ ਮੰਤਰੀ ਬੜੇ ਖੁੱਲੇ ਮਨ ਦੇ ਨਾਲ ਪੰਜਾਬੀਆਂ ਦੇ ਸਵਾਲਾਂ ਨੂੰ ਹੱਲ ਕਰਨ ਦੇ ਵਿੱਚ ਹਮੇਸ਼ਾ ਹੀ ਉਹਨਾਂ ਦੀ ਰੁਚੀ ਰਹਿੰਦੀ ਹੈ ਤਾਂ ਇਹ ਵੀ ਕੋਈ ਸਮੱਸਿਆ ਰਹੂਗੀ ਨਹੀਂ ਸਰ ਮੇਰੇ ਨਾਲ ਗੱਲ ਹੋਈ ਹੈ ਜੀ ਇਸ ਤੋਂ ਬਾਅਦ
ਨਹੀਂ ਅੱਜ ਤੋਂ ਬਾਅਦ ਉਹਨਾਂ ਤੱਕ ਕੋਈ ਤੁਸੀਂ ਸੁਨੇਹਾ ਪਹੁੰਚਾਇਆ ਕਿ ਤੁਹਾਡੀ ਇਹ ਸਮੱਸਿਆ ਸੀ ਇਹ ਹੱਲ ਕਰਨ ਦੇ ਵਾਸਤੇ? ਮੈਸੇਜ ਤਾਂ ਚਲਾ ਗਿਆ ਉਹਨਾਂ ਕੋਲ, ਔਰ ਮੈਨੂੰ ਇੱਕ ਦੋ ਫੋਨ ਤੇ ਨਾਲ ਮੇਰੀ ਗੱਲ ਵੀ ਵਧਦੀ ਹੋਈ ਹੈ, ਸੋ ਅਦਰਵਾਈਜ਼ ਮਿਲਾਂਗੇ ਵੀ, ਮੀਟਿੰਗ ਵੀ ਕਰਾਂਗੇ ਉਹਨਾਂ ਦੇ ਨਾਲ। ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਹੜੀ ਇੱਕ ਵੱਡੀ ਸਮੱਸਿਆ ਸੀ ਉਸ ਦਾ ਹੱਲ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹੋ ਚੁੱਕਾ ਹੈ। ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸਿੰਘ ਰਾਹੁਲ ਦਾ ਅਨਮਿਊਟ ਚੰਡੀਗੜ੍ਹ।